ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਸੂਬੇ 'ਚ ਨਸ਼ੇ ਸੰਬੰਧੀ ਸੰਵੇਦਨਸ਼ੀਲ ਥਾਵਾਂ ਤੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਇਸ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਭਗਤ ਨਗਰ ਮੁਹੱਲੇ ਦੇ ਦੋਵੇਂ ਪਤੀ ਪਤਨੀ ਰਜੇਸ਼ ਕੁਮਾਰ ਤੇ ਆਸ਼ਾ ਰਾਣੀ ਕੋਲੋਂ ਡਰੱਗ ਮਨੀ 8,10,000 ਤੇ 510 ਗ੍ਰਾਮ ਨਸ਼ੀਲੇ ਪਾਊਡਰ ਬਰਾਮਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਵੱਲੋਂ ਦੋ ਸਨੈਚਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਇਹਨਾਂ ਗ੍ਰਿਫਤਾਰ ਲੋਕਾਂ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ SSP ਸਰਤਾਜ ਸਿੰਘ ਚਾਹਲ ਵੱਲੋਂ ਹੋਰ ਕੀ ਕੁਝ ਕਿਹਾ ਗਿਆ, ਤੁਸੀਂ ਵੀ ਇੱਕ ਵਾਰੀ ਜ਼ਰੂਰ ਸੁਣੋ। ਮਾਨਯੋਗ ਮੁੱਖ ਮੰਤਰੀ ਪੰਜਾਬ ਤੇ DGP ਪੰਜਾਬ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਵਾਰ ਅਗੇਂਸਟ ਡਰੱਗਸ ਹੈ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈਗੀ ਬੜੀ ਸਖਤੀ ਨਾਲ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਦੇ ਵਿੱਚ, ਉਹਦੇ ਤਹਿਤ ਕੱਲ DSP ਸਿਟੀ, SHO ਮਾਡਲ ਟਾਊਨ ਅਤੇ ਵੱਡੀ ਤਾਦਾਦ ਵਿੱਚ ਫੋਰਸ ਲਗਾ ਕੇ ਕੋਡਨ ਐਂਡ ਸਰਚ ਆਪਰੇਸ਼ਨ ਕੀਤਾ ਗਿਆ ਮਾਡਲ ਟਾਊਨ ਦੇ ਏਰੀਆ 'ਚ। ਉੱਥੇ ਮੁਹੱਲਾ ਭਗਤ ਨਗਰ ਦੇ ਵਿੱਚ ਇੱਕ ਘਰ ਵਿੱਚੋਂ ਸਾਨੂੰ ਕਮਰਸ਼ੀਅਲ ਕੁਆਂਟਿਟੀ NDPS ਰਿਕਵਰੀ ਵੀ ਹੋਈ, ਪਲੱਸ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਮਿਲਿਆ। 8,10,000 ਰੁਪਏ ਡਰੱਗ ਮਨੀ ਵੀ ਉੱਥੋਂ ਰਿਕਵਰ ਹੋਇਆ। ਜਿਹੜੇ ਦੋ ਅਕਿਊਜ਼ ਫੜੇ ਗਏ ਨੇ ਰਾਜੇਸ਼ ਕੁਮਾਰ ਅਤੇ ਆਸ਼ਾ ਰਾਣੀ, ਉਹਨਾਂ 'ਤੇ ਪਹਿਲਾਂ ਵੀ NDPS ਐਕਟ ਦੇ FIRs ਨੇ ਅਤੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈਗਾ। ਇਸ ਦੇ ਨਾਲ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਹੁਸ਼ਿਆਰਪੁਰ ਪੁਲਿਸ ਨੂੰ, ਅਤੇ ਜੋ ਨਸ਼ਾ ਸਪਲਾਈ ਕਰਨ ਦੀ ਇਹ ਚੇਨ ਬਣੀ ਹੋਈ ਸੀ ਜਾਂ ਫਿਰ ਇੱਕ ਮੇਨ ਸਪਲਾਈ ਸਿਟੀ ਵਿੱਚ ਸੀ, ਉਸ ਦੀ ਕਮਰ ਟੁੱਟੀ ਹੈ ਅਤੇ ਅਸੀਂ ਇਹਦੇ ਵਿੱਚੋਂ ਲਿੰਕੇਜਿਸ ਵੀ ਫੋਲੋ ਅਪ ਕਰਾ ਕੇ ਇਹਦੀ ਤਹਿ ਤੱਕ ਜਾਵਾਂਗੇ। ਇਹਨਾਂ ਦੇ ਕੋਲੋਂ ਸਾਨੂੰ ਇੰਟੋਕਸੀਕੈਂਟ ਪਾਊਡਰ ਮਿਲਿਆ ਹੈਗਾ ਜੀ, 510 ਗ੍ਰਾਮ, ਉਹ ਤੁਹਾਨੂੰ ਪ੍ਰੈਸ ਨੋਟ ਵਿੱਚ ਵੀ ਕਲੀਅਰਲੀ ਦਿਸ ਜਾਏਗਾ, ਪਲੱਸ ਜਿੰਨਾ ਇਹਨਾਂ ਦੇ ਡਰੱਗ ਮਨੀ ਮਿਲਿਆ ਉਹ ਮੈਂ ਤੁਹਾਨੂੰ ਦੱਸਿਆ ਹੈਗਾ 8,10,000 ਰੁਪਏ ਜੀ। ਜੋ ਰਾਜੇਸ਼ ਕੁਮਾਰ ਹੈ ਉਸਦੇ ਖਿਲਾਫ 3 NDPS ਦੀ FIRs ਨੇ ਪਹਿਲਾਂ, ਅਤੇ ਜੋ ਆਸ਼ਾ ਰਾਣੀ ਹੈ 2 FIRs NDPS ਐਕਟ ਦੀ ਉਹਨਾਂ ਦੇ ਖਿਲਾਫ ਵੀ ਹੈ। ਉਹ ਹਲੇ ਇਹਨਾਂ ਦਾ ਤਫਤੀਸ਼ ਦਾ ਅਸੀਂ ਕਰ ਰਹੇ ਹਾਂ ਅਤੇ ਇਹਨਾਂ ਦਾ ਸਾਰਾ ਰਿਕਾਰਡ ਵੀ ਲੈ ਰਹੇ ਹਾਂ ਕਿ ਪਹਿਲਾਂ ਇਹ ਕੀ ਕਰਦੇ ਰਹੇ ਨੇ ਅਤੇ ਹੁਣ ਇਹ ਕਿਸ ਕਿਸ ਚੀਜ਼ ਵਿੱਚ ਇਨਵੋਲਵ ਸੀ, ਕਦੇ ਬਾਹਰ ਆਏ ਨੇ, ਕਿੰਨੇ ਟਾਈਮ ਇਹ ਅੰਦਰ ਰਹੇ ਨੇ ਅਤੇ ਕੀ ਅਗਰ ਇਹਨਾਂ ਦੇ ਉੱਥੇ ਵੀ ਕੋਈ ਲਿੰਕਸ ਬਣੇ ਆ। ਉਹੀ ਅਸੀਂ ਲਿੰਕੇਜਿਸ ਦੀ ਟਰੇਸ ਕਰ ਰਹੇ ਹਾਂ ਅਤੇ ਇਸ ਦੀ ਤਹਿ ਤੱਕ ਅਸੀਂ ਜਾਵਾਂਗੇ। ਭਗਤ ਨਗਰ ਦੇ ਵਿੱਚ ਸਰ ਬਹੁਤ ਵੱਡੇ ਪੱਧਰ 'ਤੇ ਜਿਹੜਾ ਨਸ਼ੇ ਦਾ ਕਾਰੋਬਾਰ ਆ ਚਰਚਾ ਦੇ ਵਿੱਚ ਬਣਿਆ ਰਹਿੰਦਾ, ਉਸ ਤੋਂ ਜੇਕਰ ਆਪਾਂ ਥਾਣਾ ਮਾਡਲ ਟਾਊਨ ਦੀ ਗੱਲ ਕਰੀਏ, ਉਹ ਵੀ ਕੁਝ ਮੈਸੇਜ ਦੇ ਜ਼ਰੂਰਤ ਹੀ ਸਰ ਜਿਹੜਾ ਸਥਿਤ ਹੈ, ਤਾਂ ਕਿਹਾ ਜਾ ਸਕਦਾ ਕਿ ਵੱਡੀ ਇੱਕ ਤੁਸੀਂ ਹੁਣ ਰੁਕ ਲਈ ਆ ਦੋਵਾਂ ਨੂੰ ਫੜ ਕੇ ਜਾਂ ਹੋਰ ਵੀ ਤਸਕਰ ਉਸ ਮੁੱਦੇ ਦੇ ਵਿੱਚ ਹੈ। ਮੈਂ ਜੀ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ, ਇਹ ਇੱਕ ਜਿਵੇਂ ਸਮਾਜਿਕ ਇਸ਼ੂ ਹੈਗਾ, ਇਸ ਦੇ ਵਿੱਚ ਮੈਂ ਲੋਕਾਂ ਦਾ ਵੀ ਸਹਿਯੋਗ ਚਾਹਾਂਗਾ ਕਿ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਹੈ ਤੁਸੀਂ ਬੇਝਿਜਕ ਮੇਰਾ ਅਤੇ ਮੇਰੇ ਅਫਸਰਾਂ ਦਾ ਫੋਨ ਨੰਬਰ ਸਾਡੀ ਵੈਬਸਾਈਟ 'ਤੇ ਹੈ, ਸਾਨੂੰ ਅਪਰੋਚ ਕਰੋ, ਸਾਨੂੰ ਦੱਸੋ। ਇੱਕ ਮੀਡੀਆ ਆਪਣਾ ਪੋਜ਼ਿਟਿਵ ਰੋਲ ਨਿਭਾ ਰਿਹਾ ਹੈਗਾ, ਭਾਵੇਂ ਤੁਸੀਂ ਇਨਫੋਰਮੇਸ਼ਨ ਸਾਨੂੰ ਇਹਨਾਂ ਦੇ ਥਰੂ ਕਨਵੇ ਕਰੋ, ਕਿਤੋਂ ਵੀ ਕਨਵੇ ਕਰੋ, ਬਟ ਸਾਡੇ ਤੱਕ ਗੱਲ ਪਹੁੰਚਾਓ ਕਿ ਤੁਹਾਨੂੰ ਲੱਗਦਾ ਕਿੱਥੇ ਕੋਈ ਮਾੜਾ ਕੰਮ ਹੋ ਰਿਹਾ, ਕੋਈ ਲੜਾਈ ਝਗੜਾ ਕਰ ਰਿਹਾ, ਕੋਈ ਨਸ਼ਾ ਵੇਚ ਰਿਹਾ, ਅਤੇ ਅਸੀਂ ਸਖਤੀ ਨਾਲ ਤੁਹਾਡਾ ਨਾਂ ਸੀਕ੍ਰੇਟ ਰੱਖ ਕੇ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਕਰਾਂਗੇ। ਜਿਹੜਾ ਤੁਸੀਂ ਕਿਹਾ ਹੈਗਾ ਕਿ ਮਾਡਲ ਟਾਊਨ ਏਰੀਆ ਦੇ ਵਿੱਚ, ਇਹ ਸਾਡੀ ਪਹਿਲੀ ਵੱਡੀ ਕਾਰਵਾਈ ਇਸ ਟਾਈਮ ਦੀ, ਇਸ ਮਹੀਨੇ ਦੀ ਹੈਗੀ। ਅਸੀਂ ਹੋਰ ਵੀ ਕਰਾਂਗੇ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਆਏਗੀ ਉੱਥੇ ਵੀ, ਅਤੇ ਜਿੱਥੇ ਸਾਨੂੰ ਖੁਦ ਇਹ ਖਦਸ਼ਾ ਹੋਏਗਾ ਕਿ ਇੱਥੇ ਕੋਈ ਇਹੋ ਜਿਹਾ ਚੀਜ਼ ਹੋ ਸਕਦੀ ਹੈ, ਉੱਥੇ ਵੀ ਅਸੀਂ ਘੇਰਾਬੰਦੀ ਕਰਕੇ ਪ੍ਰੋਪਰ ਸੀਕ੍ਰੇਟਲੀ ਓਪਰੇਸ਼ਨਸ ਚਲਾਉਂਦੇ ਰਵਾਂਗੇ। ਸਰ ਇਹਨਾਂ ਦੇ ਹੁਣ ਫਰਦਰ ਕਾਰਵਾਈ ਕੀ ਹੈ, ਕਿੰਨੇ ਦਿਨ ਦਾ ਰਿਮਾਂਡ ਇਹਨਾਂ ਦਾ ਲਿਆ ਗਿਆ? ਅਸੀਂ ਹਲੇ ਰਿਮਾਂਡ ਅਪਲਾਈ ਕੀਤਾ ਹੈਗਾ ਤੇ ਜਦੋਂ ਸਾਨੂੰ ਹੋਰ ਰਿਮਾਂਡ ਮਿਲ ਜਾਏਗਾ ਉਸ ਦੇ ਬਾਅਦ ਮੈਂ ਤੁਹਾਨੂੰ ਇਹ ਦੱਸ ਪਾਵਾਂਗਾ। ਅੰਮ੍ਰਿਤਸਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ।